ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਰਾਮ ਰਾਮ। ਅੱਜ ਤੁਹਾਨੂੰ ਵਿਖਾਉਣੇ ਆਪਾਂ ਟਮਾਟਰ ਦੀ ਖੇਤੀ। ਇਹ ਪਲਾਸਟਿਕ ਦਾ ਕਾਗਜ਼ ਪਾ ਕੇ ਅਤੇ ਅੰਦਰ ਡ੍ਰਿੱਪ ਲਾ ਕੇ ਉਹਦੇ ਉੱਤੇ ਕੀਤੀ ਗਈ ਆ। ਵੇਖੋ ਜੀ, ਅੰਦਰ ਡ੍ਰਿੱਪ ਆ ਅਤੇ ਕਾਗਜ਼ ਲੱਗਿਆ। ਇਸ ਤੋਂ ਪਹਿਲਾਂ ਇੱਥੇ ਤਰਬੂਜ ਦੀ ਖੇਤੀ ਸੀ, ਖਰਬੂਜੇ ਦੀ ਸਾਇਦ ਦੀ, ਹਾਂ ਖਰਬੂਜੇ ਦੀ ਖੇਤੀ ਸੀਗੀ ਅਤੇ ਪਪੀਤਾ ਸੀਗਾ ਨਾਲ ਲੱਗਿਆ ਹੋਇਆ। ਅਤੇ ਪਪੀਤਾ ਇਹਨਾਂ ਨੇ 3 ਸਾਲਾਂ ਦੇ ਵਿੱਚ 25 ਲੱਖ ਦਾ ਵੇਚਿਆ। ਅਤੇ ਤਰਬੂਜ ਹੈ ਜੀ, ਤਰਬੂਜ ਇਕੱਲਾ ਐਸ ਗੇੜੇ ਦਾ ਹੀ ਸੀਗਾ ਜਿਹੜਾ, ਇਹ 15 ਲੱਖ ਦਾ ਵਿਕਿਆ 4 ਏਕੜ ਦੇ ਵਿੱਚ। ਆ ਦੇਖੋ ਜੀ, ਵੇਖਣ ਵਾਲੇ ਸੁਣਨ ਵਾਲੇ ਨੂੰ ਐਂ ਲੱਗਦਾ ਹੋਊਗਾ ਵੀ ਝੂਠ ਬੋਲਦੇ ਆ, ਪਰ ਬਾਈ ਮੇਰੇ ਨੇ ਨਾ ਸਕਾਰਪੀਓ ਕਢਾਈ ਹੈ ਨਵੀਂ, ਤਰਬੂਜ ਦੇ ਪੈਸੇ ਨਾਲ ਹੀ ਕੁਛ ਹੋਰ ਪਾਏ ਆ ਵਿੱਚ। ਅਤੇ ਹੁਣ ਇਹਨਾਂ ਨੇ ਟਮਾਟਰ ਲਾਇਆ, ਇਹ ਆ ਦੇਖੋ ਜੀ, ਇਹਦੇ ਵਿੱਚ ਹੀ ਇਹ ਟਮਾਟਰ ਅੱਜ ਹੀ ਲਾਏ ਆ, ਬਿਲਕੁਲ ਅੱਜ ਸਵੇਰੇ ਲਾਏ ਆ ਜੀ। ਅਤੇ ਜਿਹੜੀ ਟਮਾਟਰ ਦੀ ਖੇਤੀ ਹੈ ਤਾਂ ਇਹ ਦੱਸਦੇ ਆ ਵੀ 1 ਏਕੜ ਦੇ ਵਿੱਚੋਂ, ਇਹ 4 ਏਕੜ ਜਗ੍ਹਾ, 1 ਏਕੜ ਦੇ ਵਿੱਚੋਂ ਘੱਟੋ ਘੱਟ 2 ਤੋਂ 2.5 ਲੱਖ ਰੁਪਈਆ ਇਹ ਕਹਿੰਦੇ ਅਸੀਂ ਵੱਟ ਲੈਂਦੇ ਹਾਂ ਨੋਰਮਲ ਜਿਹੜਾ ਇਹਨਾਂ ਦਾ ਹੈਗਾ। ਅਤੇ ਜੇ ਰੇਟ ਹਾਈ ਹੋ ਜੇ ਤਾਂ ਉਸ ਤੋਂ ਉੱਤੇ, ਇਹ ਬਾਈ ਦੱਸਦਾ ਸੀ 1 ਏਕੜ ਦੇ ਵਿੱਚੋਂ 5.5 ਲੱਖ ਦਾ ਟਮਾਟਰ ਵੀ ਹੋਇਆ ਵਿਆ, ਕਿਉਂਕਿ ਇੱਥੋਂ ਸਿੱਧੇ ਟਰੱਕ ਭਰਦੇ ਆ ਬੈਂਗਲੌਰ ਜਾਂਦੇ ਆ ਜੀ। ਸਬਜ਼ੀ ਵੇਚਣ ਦੀ ਇਹਨਾਂ ਨੂੰ ਦਿੱਕਤ ਹੈ ਨਹੀਂ, ਆਪਣੇ ਵਾਲਾ ਸਿਸਟਮ ਹੈ ਨਹੀਂ ਵੀ ਮੰਡੀ ਦੇ ਵਿੱਚ ਝੋਲੇ ਭਰ ਕੇ ਲਿਆਵਾਂਗੇ। ਆ ਵੇਖੋ ਡ੍ਰਿੱਪ ਹੈ ਅੰਦਰ ਜੀ, ਡ੍ਰਿੱਪ ਨਾਲ ਪਾਣੀ ਦਿੰਦੇ ਜੀ, ਸਾਰਾ ਬੋਰ ਕੀਤਾ ਹੋਇਆ, ਆਪਣੇ ਵਾਲਾ ਸਿਸਟਮ ਹੈ ਨਹੀਂ। ਆ ਤਰਬੂਜ ਪਏ ਆ ਜੀ, ਅਤੇ ਆਪਣੇ ਵਾਲਾ ਸਿਸਟਮ ਹੈ ਨਹੀਂ ਵੀ ਵੇਚਾਂਗੇ ਆਪਾਂ ਲਿਆ ਕੇ ਅਤੇ ਮੰਡੀ ਦੇ ਵਿੱਚ ਬੋਲੀ ਲੱਗੂਗੀ। ਇੱਥੇ ਵਪਾਰੀ ਆਉਂਦੇ ਜੀ, ਬਹੁਤ ਵੱਡੇ ਵੱਡੇ ਵਪਾਰੀ ਲੱਗਦੇ ਆ, ਅਤੇ ਵਪਾਰੀ ਇੱਥੋਂ ਸਿੱਧਾ ਠੇਕਾ ਮਾਰ ਲੈਂਦੇ ਇਹਨਾਂ ਨਾਲ, ਉਹ ਭਰ ਕੇ ਟਰੱਕ ਲੈ ਜਾਂਦੇ ਆ ਜੀ। ਆ ਵੇਖੋ ਜੀ, ਮੌਸਮ ਵੀ ਬਹੁਤ ਵਧੀਆ ਰਹਿੰਦਾ, ਕਲਾਈਮੈਕਸ ਚੰਗਾ ਰਹਿੰਦਾ ਇੱਥੇ, ਅਤੇ ਟਮਾਟਰ ਉੱਤਰਦਾ ਬਹੁਤ ਹੈ ਜੀ। ਇੱਕ ਪਹਿਲਾਂ ਵਾਲੀ ਵੀਡੀਓ ਹੈ ਜਿਹੜੀ, ਉਹਦੇ ਵਿੱਚ ਤਾਂ 10 ਦਿਨਾਂ ਤੋਂ, ਉਹ ਵੀ ਆਪਾਂ ਅੱਜ ਹੀ ਸ਼ੂਟ ਕੀਤੀ ਹੈ, ਉਹਦੇ ਵਿੱਚ 10 ਦਿਨਾਂ ਤੋਂ ਚਾਲੂ ਹੋ ਜੂਗੀ ਤੜਵਾਈ। ਆ ਵੇਖੋ, ਆਹ ਇਹਦੀ ਪਨੀਰੀ ਪਈ ਹੈ ਜੀ, ਇਹ ਪੌਦੇ ਲੱਗਦੇ ਆ ਅੱਜ ਲਾਏ ਆ ਜਿਹੜੇ ਇਹਨਾਂ ਨੇ, ਉਹਦੀ ਆ ਬਚੀ ਜਿਹੜੀ ਪਈ ਹੈ। ਆਹ ਵਾਲ ਵਾਲਾ ਸਿਸਟਮ ਹੈ ਜਿਹੜਾ ਇਹ ਡ੍ਰਿੱਪ ਦਾ ਬਣਾਇਆ ਹੋਇਆ ਜੀ। ਆ ਵੇਖੋ, ਹਵਾ ਵੀ ਬਹੁਤ ਤੇਜ਼ ਚੱਲ ਪਈ। ਇੱਕ ਹੋਰ ਬਾਈ ਜੀ ਤੁਹਾਨੂੰ ਦੇਖਣਾ, ਇੱਧਰ ਜ਼ਮੀਨਾਂ ਹੈ ਜਿਹੜੀਆਂ, ਇਹ ਪੱਧਰ ਹੈਗੀਆਂ। ਆ ਦੇਖੋ, ਆਹ ਸਾਈਡ ਬਹੁਤ ਉੱਚੀ ਹੈ, ਆਹ ਸਾਈਡ ਬਹੁਤ ਹੀ ਨੀਵੀਂ ਹੈ। ਫਿਰ ਉਹ ਗਾਹਾਂ ਜਿਹੜੀ ਖੇਤੀ ਦਿਖਦੀ ਆ, ਉਹ ਵੀ ਟਮਾਟਰ ਦੀ ਹੈ, ਅਤੇ ਉਹ ਗਾਹਾਂ ਜਾ ਕੇ ਪਰਾਂ ਤੋਂ ਫਿਰ ਉੱਚੀ ਜਾ ਵੜਦੀ ਹੈ। ਖੇਤੀ ਚੰਗੀ ਹੈ ਜੀ ਇੱਥੇ, ਤੁਸੀਂ ਇਹ ਲਗਭਗ ਇਹ ਲਾ ਲਓ ਵੀ ਜਿੰਨੀ ਕੁ ਵੀ ਬੀਜਾਂਤ ਹੁੰਦੀ ਹੈ, ਕਿਉਂਕਿ ਮੈਨੂੰ ਲੱਗਦਾ ਵੀ ਜੇ 100 ਕਿੱਲਾ ਜ਼ਮੀਨ ਦਾ ਲਾਈਏ ਤਾਂ 100 ਕਿੱਲਿਆਂ ਦੇ ਵਿੱਚੋਂ 15-20 ਕਿੱਲੇ ਹੀ ਬੀਜਾਂਤ ਹੈ, ਬਹੁਤ ਘੱਟ ਬੀਜਾਂਤ ਹੈ ਜੀ। ਪਰ ਹੈ ਜਿੰਨੀ ਟੌਪ ਦੀ ਹੈ ਜੀ ਪੂਰੀ, ਚੰਗਾ ਰੇਟ ਮਿਲਦਾ ਇਹਨਾਂ ਨੂੰ, ਕਿਉਂ ਬੀਜਦੇ ਸਬਜ਼ੀਆਂ, ਪਪੀਤਾ ਲਾ ਲਿਆ, ਤਰਬੂਜ ਲਾ ਲਏ, ਅਤੇ ਬੈਂਗਣੀ ਲਾ ਲਈ, ਟਮਾਟਰ ਲਾ ਲਏ। ਅਤੇ ਇਹ ਟਮਾਟਰ ਹੈ ਸਿਰਫ 4 ਮਹੀਨਿਆਂ ਦੀ ਖੇਤੀ ਹੈ, ਅਤੇ 4 ਮਹੀਨਿਆਂ ਬਾਅਦ ਫਿਰ ਫਸਲ, ਸਾਲ ਦੇ ਵਿੱਚ 3 ਫਸਲਾਂ ਲੈਂਦੇ ਜੀ, ਆਪਣੇ ਨਾਲੋਂ ਤਾਂ ਬਹੁਤ ਹੀ ਅੱਗੇ ਹੈ। ਆ ਡ੍ਰਿੱਪ 'ਤੇ ਇੱਕ ਪੂਰੀ ਤੁਹਾਨੂੰ ਵੀਡੀਓ ਬਣਾ ਕੇ ਦੇਵਾਂਗੇ। ਡ੍ਰਿੱਪ ਤੁਸੀਂ ਐਂ ਸਮਝ ਲਓ ਵੀ ਇਹਨਾਂ ਨੂੰ ਫਰੀ ਸਰਕਾਰ ਦੇਈ ਜਾਂਦੀ ਹੈ, ਬਿਲਕੁਲ ਇਹ ਸਰਕਾਰ ਦਾ ਤਾਂ ਇਹ ਹੈ ਵੀ ਇਹ ਆਬਾਦ ਹੋਣਾ ਚਾਹੀਦਾ ਏਰੀਆ, ਸਰਕਾਰ ਇੱਥੇ ਬਹੁਤ ਸਹਾਇਤਾ ਦਿੰਦੀ ਹੈ ਖੇਤੀ ਨੂੰ ਬਹੁਤ ਹੀ ਜ਼ਿਆਦਾ। ਇੱਕ ਅੱਡ ਤੋਂ ਵੀਡੀਓ ਬਣਾਵਾਂਗੇ ਡ੍ਰਿੱਪ 'ਤੇ, ਉਹਦੇ ਉੱਤੇ ਦੱਸਾਂਗੇ ਤੁਹਾਨੂੰ ਪੂਰੀ ਸਬਸਿਡੀ ਕਿੰਨੀ ਬਣ ਮਿਲਦੀ ਹੈ ਇਹਨਾਂ ਨੂੰ। ਆ ਵੇਖੋ, ਇਹਦਾ ਬੜਾ ਇੱਕ ਹੋਰ ਤੁਹਾਨੂੰ ਦੱਸ ਦਈਏ ਜਿਹੜੀ ਗੱਲ ਰਹਿ ਗਈ, ਜਿਹੜਾ ਵਿਚਾਲੇ ਤੁਹਾਨੂੰ ਘਾਹ ਪਿਆ ਦਿਖਦਾ, ਇਹ ਇਹਨਾਂ ਨੇ ਕੱਲ੍ਹ ਹੀ ਸਾਈਡਾਂ 'ਚੋਂ ਕੱਢਿਆ, ਇਹ ਛੋਟੇ ਖੁਰਪੇ ਜੇ ਲੈ ਕੇ ਨਾ ਉਹਦੇ ਨਾਲ ਕੱਢਿਆ, ਅਤੇ ਇਹ ਚੱਕਿਆ ਨਹੀਂ ਇੱਥੋਂ, ਇਹ ਚੱਕਦੇ ਨਹੀਂ, ਇਹ ਕਹਿੰਦੇ ਅਸੀਂ ਘਾਹ ਕਦੇ ਬਾਹਰ ਨਹੀਂ ਕੱਢਿਆ। ਇਹਦੇ ਵਿੱਚ ਹੀ ਹੁਣ ਪਿਆਰੂ ਇੱਕ ਤਾਂ ਨਵੀਂ ਬਣੀ ਰਹੂਗੀ, ਅਤੇ ਇੱਕ ਜ਼ਮੀਨ ਨੂੰ ਤਾਕਤ ਮਿਲਦੀ ਹੈ ਇਹਦੇ ਨਾਲ, ਕਿਤੇ ਨਾ ਕਿਤੇ ਸੂਝਵਾਨੀ ਵੀ ਚੰਗੀ ਹੈ ਜੀ ਇਹਨਾਂ ਕੋਲ। ਪੂਰੇ ਦਾ ਪੂਰਾ ਦੇਖੋ ਖੇਤ, ਇੱਧਰਲਾ ਪਾਸਾ ਸੱਜਾ ਪਾਸਾ ਦੇਖੋ ਕਿੰਨਾ ਉੱਚਾ ਹੈ, ਇੱਧਰਲਾ ਪਾਸਾ ਕਿੰਨਾ ਨੀਵਾਂ ਹੈ ਜੀ। ਇੱਧਰ ਨੂੰ ਲੈ ਕੇ ਚੱਲਦੇ ਹਾਂ ਤੁਹਾਨੂੰ,
ਕਿਤੋਂ ਕਿਤੋਂ ਕਾਗਜ਼ ਪਾਟ ਗਿਆ ਕਿਉਂਕਿ ਪੁਰਾਣਾ ਹੋ ਗਿਆ। ਕਾਗਜ਼ ਦਿੱਤੇ ਨੇ ਵੀ ਇਹਨਾਂ ਨੂੰ ਚੰਗੀ ਸਬਸਿਡੀ ਹੈ, ਨਹੀਂ ਤਾਂ ਆਪਣੇ ਤੋਂ ਤਾਂ ਛੱਤਾਂ ਵਾਲਾ ਕਾਗਜ਼ ਨਹੀਂ ਪੂਰਾ ਹੁੰਦਾ ਅਤੇ ਪਹਿਲੀ 'ਚ ਪਾਉਣ ਨੂੰ ਤਾਂ ਕਿੱਥੋਂ। ਤੜਕੇ ਜਦੋਂ ਲਾ ਰਹੇ ਸੀਗੇ ਉਦੋਂ ਐਂ ਲੱਗਦਾ ਸੀਗਾ ਵੀ ਇਹਨਾਂ ਬੂਟਿਆਂ ਨੇ ਕੀ ਹੋਣਾ, ਕਿਉਂਕਿ ਜਦੋਂ ਲਾਏ ਸਾਰੇ ਮੁਰਝਾ ਗਏ ਸੀ। ਅਤੇ ਆਹ ਹੁਣ ਸ਼ਾਮ ਦਾ ਟਾਈਮ ਹੈ, ਬਰਸਾਤ ਵੀ ਹੋ ਕੇ ਹਟੀ ਹੈ ਇੱਥੇ, ਅਤੇ ਝੜੀ ਜੀ ਤਾਂ ਹੁਣ ਵੀ ਕੋਈ ਨਾ ਕੋਈ ਬੂੰਦ ਡਿੱਗੀ ਜਾਂਦੀ ਹੈ। ਅਤੇ ਹੁਣ ਜਮਾਂ ਇਹ ਜਿਵੇਂ ਆਪਣੇ ਕਹਿੰਦੇ ਹੁੰਦੇ ਆ ਕੋਕੇ 'ਤੇ ਹੈ ਜਮਾਂ, ਵੇਖੋ ਵਧੀਆ। ਸੋ ਸਾਰੇ ਵੀਰਾਂ ਨੂੰ ਬੇਨਤੀ ਹੈ, ਇਹ ਆਂਧਰਾ ਪ੍ਰਦੇਸ਼ ਦੀ ਵੀਡੀਓ ਹੈ ਅਤੇ ਹੋਰ ਵੀ ਬਹੁਤ ਵੀਡੀਓ ਪੈਣੀ ਹੈ। ਪੇਜ ਨੂੰ ਫੋਲੋ ਫੁਲੋ ਜਾਂ ਕਰ ਲਿਓ, ਸਬਸਕ੍ਰਾਈਬ ਵੀ ਕਰ ਲਿਓ ਯਾਰ ਬਾਈ, ਅਤੇ ਲਾਈਕ ਲੁਇਕ ਕਰ ਦਿਓ, ਸਪੋਰਟ ਕਰੋ। ਅਤੇ ਖੇਤੀ ਦੀਆਂ ਚੰਗੀਆਂ ਚੰਗੀਆਂ ਵੀਡੀਓ ਵੀ ਤੁਹਾਡੇ ਵਰਗੇ ਵੀਰਾਂ ਨੂੰ ਵੇਖਣ ਨੂੰ ਮਿਲ ਜਾਣ। ਆਹ ਵੇਖੋ, ਸੋ ਸਾਰੇ ਵੀਰਾਂ ਦਾ ਧੰਨਵਾਦ ਜੀ। ਓਕੇ ਜੀ, ਸਤਿ ਸ਼੍ਰੀ ਅਕਾਲ, ਰਾਮ ਰਾਮ।